ਪ੍ਰਭੂ ਦੀ ਹਜ਼ੂਰੀ ਵਿੱਚ ਆਏ ਹੋਏ ਸਾਰੇ ਭੈਣ ਭਾਈਆਂ ਨੂੰ ਜੈਮ ਸੀਰੀ ਅੱਜ ਮੈਂ ਪ੍ਰਭੂ ਦਾ ਤਨਵਾਦ ਕਰਨੀ ਕਿ ਪ੍ਰਭੂ ਨੇ ਹਾਰਿਆਤ ਵਾਦੀ ਤਰ੍ਹਾਂ ਤੁਹਾਡੇ ਵਿੱਚ ਮੈਨੂੰ ਬੋਲਣ ਦਾ ਮੌਕਾ ਬਖਸ਼ਿਆ ਤੇ ਮਹਿਮਾ ਤੇ ਵਡਿਆਈ ਕਰਨ ਦਾ ਮੌਕਾ ਬਖਸ਼ਿਆ ਪ੍ਰਭੂ ਦਾ ਤਨਵਾਦ ਅੱਜ ਅਸੀਂ ਵਚਨਾਂ ਵਿੱਚੋਂ ਸਿੱਖਾਂਗੇ ਕਿਪਾ ਆਪਾਂ ਪ੍ਰਭੂ ਨਾਲ ਕਿਵੇਂ ਗੱਲਬਾਤ ਕਰ ਸਕਨੇ ਆ ਆਓ ਇਸ ਜਿਰਮੀਆਂ ਵਿੱਚੋਂ ਸਿੱਖਾਂਗੇ ਜਿਰਮੀਆਂ 33 ਦੀ 3 ਇੱਥੇ ਪ੍ਰਭੂ ਯਹਵਾ ਕਹਿੰਦੇ ਆ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਇਦੇ ਵਿੱਚ ਸਾਨੂੰ ਪ੍ਰਭੂ ਯਹੋਵਾ ਕਹਿੰਦੀ ਹੈ ਕਿ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਇਹ ਗੱਲ ਕਿਸੇ ਹੋਰ ਨੇ ਕਿਉਂ ਨਹੀਂ ਕਹੀ ਕਿਸੇ ਦੇ ਵੀ ਦੇਵਤੇ ਨੇ ਕਿਉਂ ਨਹੀਂ ਕਹੀ ਇਹ ਸਿਰਫ ਯਹੁੰਦੇ ਯਹੋਵਾ ਨੇ ਕਿਉਂ ਕਹੀ ਕਿਉਂਕਿ ਸਾਡੇ ਯਹੋਵਾ ਯਾ ਜੋ ਸਾਨੂੰ ਪੁਕਾਰਨ ਤੇ ਉੱਤਰ ਦੇਣ ਦੀ ਸਮਰਥ ਰੱਖਦਾ ਅਸੀਂ ਪ੍ਰਭੂ ਦੀ ਸਾਖੀ ਵਿੱਚੋਂ ਵੇਖਾਂਗੇ ਜਿਵੇਂ ਚੇਲੇ ਹੀ ਜਦੋਂ ਬੇੜੀ ਵਿੱਚ ਚੜੇ ਜਾਂਦੇ ਹੀ ਪ੍ਰਭੂ ਦੇ ਨਾਲ ਉਹ ਦੁਨੀਆਦਾਰੀ ਦੇ ਗੱਲਾਂ ਵਿੱਚ ਪੈ ਗਏ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਪੈ ਗਏ ਤੇ ਜਿਹੜੀ ਬੇੜੀ ਜਿਹੜੀ ਆ ਉਹ ਡੁੱਬਣ ਲੰਗੀ ਫਿਰ ਉਸ ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ ਤੇ ਪ੍ਰਭੂ ਨੇ ਉਹਨਾਂ ਨੂੰ ਉੱਤਰ ਦਿੱਤਾ ਤੇ ਉਹਨਾਂ ਨੂੰ ਛੁਡਾਇਆ ਜੇਕਰ ਅਸੀਂ ਪ੍ਰਭੂ ਨੂੰ ਪੁਕਾਰਾਂਗੇ ਤਾਂ ਪ੍ਰਭੂ ਸਾਡੀ ਹਰ ਮੈਦਾਨ ਫਤਿਹ ਕਰਨ ਦੀ ਸ਼ਕਤੀ ਰੱਖਦਾ ਪ੍ਰਭੂ ਹਾਨੂੰ ਹਰ ਕੰਮ ਤੋਂ ਬਚਾਉਣ ਦੀ ਤਾਕਤ ਰੱਖਦਾ ਫਿਰ ਅਸੀਂ ਸਿੱਖਾਂਗੇ ਇਹਦੇ ਵਿੱਚ ਇੱਕ ਦਾਨੀਏਲ ਅਬੀ ਦੀ ਸਾਖੀ ਹੁੰਦੀ ਆ ਜਿਹਦੇ ਵਿੱਚ ਦਾਨੀਏਲ ਅਬੀ ਨੂੰ ਸ਼ੇਰਾਂ ਦੇ ਘੂਰੇ ਵਿੱਚ ਪਾਇਆ ਗਿਆ ਸੀ ਉਹ ਕਿਸੇ ਵੱਡੇ ਐਮਐਲ ਨੂੰ ਕਿਉਂ ਨਹੀਂ ਚਲ ਗਿਆ ਉਹ ਕਿਸੇ ਉਹਨੇ ਕਿਸੇ ਸਰਪੰਚ ਨੂੰ ਨਹੀਂ ਕਿਹਾ ਉਹਨੇ ਰਾਜੇ ਮਹਾਰਾਜੇ ਨੂੰ ਨਹੀਂ ਕਿਹਾ ਕਿ ਹਾਂ ਆਨਕੇ ਮੈਨੂੰ ਬਚਾਓ ਉਹਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਉਸ ਨੂੰ ਬਚਾਇਆ ਇੱਥੇ ਲਿਖਿਆ ਮੈਨੂੰ ਪੁਕਾਰ ਅਤੇ ਮੈਨੂੰ ਮੈਂ ਤੈਨੂੰ ਉੱਤਰ ਦੇਵਾਂਗਾ ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਇਹ ਵੱਡੀਆਂ-ਵੱਡੀਆਂ ਗੱਲਾਂ ਕਿਹੜੀਆਂ ਨੇ ਅਤੇ ਔਖੀਆਂ ਗੱਲਾਂ ਕਿਹੜੀਆਂ ਨੇ ਬਸ ਆਪਾਂ ਇਹ ਨਹੀਂ ਕਰਨਾ ਕਿ ਹਾਂ ਆਪਾਂ ਪ੍ਰਾਰਥਨਾ ਕੀਤੀ ਆ ਪ੍ਰਭੂ ਨੇ ਸਾਡੀ ਪ੍ਰਾਰਥਨਾ ਨੂੰ ਸੁਣਿਆ ਵਾ ਇਹਦੇ ਵਿੱਚ ਸਾਨੂੰ ਚਰਚ ਚ ਆਉਣਾ ਕੱਲੀ ਸਾਨੂੰ ਇਹ ਨਹੀਂ ਕਿ ਹਾਂ ਸਾਨੂੰ ਨੌਕਰੀ ਚਾਹੀਦੀ ਆ ਸਾਨੂੰ ਚਰਚ ਚ ਆਉਣਾ ਸਾਨੂੰ ਨੌਕਰੀ ਮਿਲ ਗਈ ਸਾਨੂੰ ਇਸ ਗੱਲੋਂ ਵੀ ਖੁਸ਼ ਹੋਣਾ ਚਾਹੀਦਾ ਕਿ ਪ੍ਰਭੂ ਨੇ ਸਾਡੇ ਜਿਹੜਾ ਨਾਮ ਆ ਆਪਣੀ ਜੀਵਨ ਦੀ ਪੋਥੀ ਵਿੱਚ ਲਿਖ ਲਿਆ ਜੇ ਇਸ ਵਿੱਚ ਸਾਖੀ ਹੁੰਦੀ ਆ ਹੰਨਾ ਹੰਨਾ ਦੀ ਜਦੋਂ ਹੰਨਾ ਨੇ ਪ੍ਰਭੂ ਅੱਗੇ ਰੋ ਰੋ ਕੇ ਪ੍ਰਾਰਥਨਾ ਕੀਤੀ ਗੁਟਨੇ ਟੇਕ ਕੇ ਵਰਤ ਰੱਖ ਕੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਤਾਂ ਪ੍ਰਭੂ ਕੋਲ ਨੇ ਇੱਕ ਪੁੱਤਰ ਮੰਗਿਆ ਪ੍ਰਭੂ ਨੇ ਉਹਨੂੰ ਪੰਜ ਤੀਆਂ ਪੁੱਤਰ ਬਖਸ਼ਤੇ ਕਿਉਂਕਿ ਪ੍ਰਭੂ ਸਾਨੂੰ ਵੱਡੇ ਵੱਡੀਆਂ ਜਿਹੜੀਆਂ ਗੱਲਾਂਵਾਂ ਤੇ ਔਖੀਆਂ ਗੱਲਾਂ ਦੱਸਣ ਦੀ ਅਕਤ ਰੱਖਦੇ ਇਹਦੇ ਵਿੱਚ ਅਸੀਂ ਹੋਰ ਲਾਈਨ ਪੜਾਂਗੇ ਜਬੂਰਾਂ ਦੀ ਪੋਥੀ ਪੰਜਾਹ ਦੇ ਵਿੱਚੋਂ 15 ਐਤ ਜਿਹਦੇ ਵਿੱਚ ਲਿਖਿਆ ਕਿ ਤਾਂ ਦੁੱਖਾਂ ਦੇ ਦਿਨ ਮਨ ਨੂੰ ਪੁਕਾਰ ਤੇ ਮੈਂ ਤੈਨੂੰ ਛੁੜਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰਾਂਗੇ ਇਹਦੇ ਵਿੱਚ ਅਸੀਂ ਦੁੱਖਾਂ ਦੇ ਦਿਨ ਵਿੱਚ ਪ੍ਰਭੂ ਨੂੰ ਪੁਕਾਰਨਾ ਵਾ ਤੇ ਪ੍ਰਭੂ ਸਾਨੂੰ ਛਡਾਉਣ ਦੀ ਸਮਰਥ ਰੱਖਦੇ ਆ ਜਦੋਂ ਆ ਸਾਨੂੰ ਕੋਈ ਦੁੱਖ ਬਿਮਾਰੀ ਆ ਜਾਂਦੀ ਆ ਤੇ ਅਸੀਂ ਪ੍ਰਭੂ ਨੂੰ ਪੁਕਾਰ ਦੇਨੀ ਆ ਬਹੁਤ ਸਾਰੇ ਭੈਣ ਭਾਈ ਕਹਿੰਦੇ ਆ ਵੀ ਭੈਣ ਜੀ ਅਸੀਂ ਪ੍ਰਾਰਥਨਾ ਕਰਦੇ ਸਾਡੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ ਉਹ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਬਾਣੀ ਦਾ ਵਾਕ ਏ ਕਿ ਤੁਹਾਡੀਆਂ ਵਧੀਆਂ ਨੇ ਤੁਹਾਡੇ ਤੇ ਪਰਮੇਸ਼ਰ ਦੇ ਵਿੱਚ ਜੁਦਾਈ ਪਾਤੀ ਆ ਉਹ ਜੁਦਾਈ ਕਿਵੇਂ ਮਿਟ ਸਕਦੀ ਆ ਅਸੀਂ ਪ੍ਰਾਰਥਨਾ ਕਰੀਏ ਵਰਤ ਰੱਖੀਏ ਪ੍ਰਭੂ ਦੇ ਅਦਵਰ ਪਵਨ ਚਾਈਏ ਤਾਂ ਜੁਦਾਈ ਮਿਟ ਸਕਦੀ ਆ ਅਸੀਂ ਪ੍ਰਭੂ ਅੱਗੇ ਕੋਈ ਵੀ ਜਿਵੇਂ ਕਹਿ ਦਿੰਨੇ ਆ ਕਿ ਸਾਡੇ ਕੋਈ ਔਲਾਦ ਨਹੀਂ ਆ ਪ੍ਰਭੂ ਅੱਗੇ ਪ੍ਰਾਰਥਨਾ ਕਰੀਏ ਤਾਂ ਹਰ ਮੈਦਾਨ ਫਤਿਹ ਹੁੰਦੀ ਆ ਪ੍ਰਭੂ ਔਲਾਦ ਦੇਣ ਦੀ ਸਮਰਥ ਰੱਖਦੇ ਆ ਜੇਕਰ ਆਪਾਂ ਪ੍ਰਭੂ ਨੂੰ ਪੁਕਾਰੀਏ ਦਿਨ ਰਾਤ ਆਪਾਂ ਉਹਦੀ ਬੰਦਗੀ ਕਰੀਏ ਗੇਤ ਭਜਨ ਬੋਲੀਏ ਵਰਤ ਰੱਖੀਏ ਤਾਂ ਪ੍ਰਭੂ ਸਾਨੂੰ ਹਾਰ ਮੈਦਾਨ ਫਤਿਹ ਕਰਵਾਉਣ ਦੀ ਤਾਕਤ ਰੱਖਦੇ ਜੇਕਰ ਤੁਹਾਡੇ ਸੰਜੋਗ ਵੱਜੇ ਆ ਤਾਂ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਪ੍ਰਭੂ ਤੁਹਾਡੇ ਸੰਜੋਗ ਖੋਲਣ ਦੀ ਤਾਕਤ ਰੱਖਦੇ ਕਿਉਂਕਿ ਪ੍ਰਭੂ ਦੀ ਬਾਣੀ ਦਾ ਵਾਕ ਹੈ ਜੋ ਕਸ ਮੇਰਾ ਨਾਮ ਲੈ ਕੇ ਧਰਤੀ ਤੇ ਬੰਨੋਗੇ ਮੈਂ ਸਵਰਗ ਵਿੱਚ ਬੰਨਦਾਗਾ ਜੋ ਕਸ ਮੇਰਾ ਨਾਮ ਲੈ ਕੇ ਧਰਤੀ ਤੇ ਖੋਲੋਗੇ ਮੈਂ ਸਵਰਗ ਵਿੱਚ ਖੋਲਦਾਗਾ ਇਸ ਲਈ ਸਾਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਕਿਉਂਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਨਿਯਮ ਕੋਈ ਹੋਰ ਮੁਕਤੀ ਦਾਤਾ ਨਹੀਂ ਆ ਕੋਈ ਹੋਰ ਦੁਨੀਆ ਤੇ ਨਹੀਂ ਜੋ ਸਾਨੂੰ ਬਚਾ ਸਕਦਾ ਕੋਈ ਹੋਰ ਨਹੀਂ ਆ ਜੀ ਸਾਡੀ ਆਵਾਜ਼ ਸੁਣ ਕੇ ਆ ਸਕਦਾ ਜੇਕਰ ਅਸੀਂ ਬਾਈਬਲ ਦੇ ਵਿੱਚ ਸਾਖੀਆਂ ਦੇਖੀਏ ਤੇ ਬਾਈਬਲ ਚ ਬਹੁਤ ਸਾਰੀਆਂ ਸਾਖੀਆਂ ਨੇ ਜਿਹਦੇ ਵਿੱਚ ਪ੍ਰਭੂ ਨੂੰ ਪੁਕਾਰਿਆ ਤੇ ਪ੍ਰਭੂ ਨੇ ਉਹਨਾਂ ਦੀ ਸੁਣੀ ਸ਼ਦਰਕ ਮੇਸ਼ਨ ਅਬੇਦਨਗੋਹ ਨੇ ਪ੍ਰਭੂ ਨੂੰ ਪੁਕਾਰਿਆ ਤੇ ਪ੍ਰਭੂ ਨੇ ਉਹਨਾਂ ਦੀ ਆਵਾਜ਼ ਸੁਣੀ ਅੱਗ ਦੀਆਂ ਲਾਟਾਂ ਠੰਡੀਆਂ ਹੋ ਗਈਆਂ ਕਿਉਂਕਿ ਪ੍ਰਭੂ ਉਹ ਜੋ ਹੋਵਾ ਜੋ ਅੱਗ ਦੀਆਂ ਲਾਟਾਂ ਨੂੰ ਠੰਡਿਆ ਕਰਨ ਦੀ ਤਾਕਤ ਰੱਖਦਾ ਪ੍ਰਭੂ ਸਾਡੇ ਹਰ ਮੈਦਾਨ ਨੂੰ ਫਤਿਹ ਕਰਵਾਉਂਦਾ ਪ੍ਰਭੂ ਦੇ ਇਸ ਪੜੇਗੇ ਕਲਾਮ ਤੇ ਉਹਦੀ ਅਸੀਸ ਤੇ ਬਰਕਤ ਹੋਵੇ ਆਮੀਨ